ਦੇਸ਼ ਲਈ ਸ਼ਨੀਵਾਰ ਦਾ ਦਿਨ ਇਤਿਹਾਸਕ ਬਣ ਗਿਆ ਕਿਉਂਕਿ 9 ਨਵੰਬਰ ਨੂੰ ਸਿੱਖ ਕੌਮ ਲਈ ਕਰਤਾਰਪੁਰ ਲਾਂਘਾ ਖੁੱਲ੍ਹਿਆ ਅਤੇ ਹਿੰਦੂਆਂ ਲਈ ਅਯੋਧਿਆ ਵਿੱਚ ਰਾਮ ਜਨਮ ਭੂਮੀ ਦਾ ਹੱਕ ਮਿਲਿਆ। ਡੇਰਾ ਬਾਬਾ ਨਾਨਕ ਵਿਖੇ ਮੋਦੀ ਵੱਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਾਂ ਇਲਾਹੀ ਕੀਰਤਨ ਸਰਵਣ ਕੀਤਾ ਗਿਆ ਅਤੇ ਬਾਅਦ ਵਿੱਚ ਲਾਂਘੇ ਦਾ ਉਦਘਾਟਨ। ਉਦਘਾਟਨ ਦੌਰਾਨ ਪੀਐਮ ਮੋਦੀ ਨੇ ਸਟੇਜ ਤੋਂ ਆਪਣੇ ਭਾਸ਼ਣ ਦੌਰਾਨ ਸਿੱਖ ਸੰਗਤ ਨੂੰ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਉਹਨਾਂ ਨੇ ਲਾਂਘੇ ਵਿੱਚ ਸਹਿਯੋਗ ਦੇਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਵੀ ਧੰਨਵਾਦ ਕੀਤਾ। ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਇਮਰਾਨ ਖਾਨ ਨਿਆਜ਼ੀ ਕਾ ਵੀ ਧੰਨਵਾਦ ਕਰਤਾ ਹੂੰ ਕਿ ਉਨ੍ਹੋਂਨੇ ਕਰਤਾਰਪੁਰ ਕੋਰੀਡੋਰ ਕੇ ਵਿਸ਼ੇ ਮੇਂ ਭਾਰਤ ਕੀ ਭਾਵਨਾਓਂ ਕੋ ਸਮਝਾ, ਸਮਾਨ ਦਿਆ ਔਰ ਉਸੀ ਭਾਵਨਾ ਕੇ ਅਨੁਰੂਪ ਕਾਰਯ ਕੀਆ। ਮੈਂ ਪਾਕਿਸਤਾਨ ਕੇ ਸ਼੍ਰਮਿਕ ਸਾਥੀਓਂ ਕਾ ਵੀ ਆਭਾਰ ਵਿਅਕਤ ਕਰਤਾ ਹੂੰ ਜਿਨ੍ਹੋਂਨੇ ਇਤਨੀ ਤੇਜ਼ੀ ਸੇ ਆਪਣੀ ਤਰਫ ਕੇ ਕੋਰੀਡੋਰ ਕੋ ਪੂਰਾ ਕਰਨੇ ਮੇਂ ਮਦਦ ਕੀ। ਸਾਥੀਓ, ਗੁਰੂ ਨਾਨਕ ਦੇਵ ਜੀ ਸਿਰਫ ਸਿੱਖ ਪੰਥ ਕੀ ਭਾਰਤ ਕੀ ਹੀ ਧਰੋਹਰ ਨਹੀਂ ਬਲਕਿ ਪੂਰੀ ਮਾਨਵਤਾ ਕੇ ਲਈ ਪ੍ਰੇਰਣਾ ਪੁੰਜ ਹੈ। ਇਮਰਾਨ ਖਾਨ ਦਾ ਧੰਨਵਾਦ ਕਰਨ ਮਗਰੋਂ ਮੋਦੀ ਵੱਲੋਂ ਕਈ ਵੱਡੇ ਐਲਾਨ ਵੀ ਕੀਤੇ ਗਏ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਹੈਰੀਟੇਜ ਸਿਟੀ ਬਣਾਉਣਾ, ਹਰ ਰੇਲਵੇ ਸਟੇਸ਼ਨ ਤੇ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਦੇਖਣ ਨੂੰ ਮਿਲਣਾ ਅਤੇ ਸੰਗਤਾਂ ਲਈ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ। ਇੱਥੋਂ ਤੱਕ ਕਿ 5 ਤਖਤਾਂ ਵਿਚਾਲੇ ਰੇਲ ਅਤੇ ਹਵਾਈ ਸਫ਼ਰ ਵੀ ਜੋੜਿਆ ਜਾ ਰਿਹਾ ਹੈ। ਇਸੇ ਦੌਰਾਨ ਪੀਐਮ ਮੋਦੀ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਸਿੱਕਾ ਅਤੇ ਟਿਕਟ ਵੀ ਜਾਰੀ ਕੀਤੀ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।